ਸਰ ਤੁਹਾਡਾ ਏਰੀਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਲੱਗਦਾ ਕਿ ਤੁਹਾਡਾ ਏਰੀਆ ਸਭ ਤੋਂ ਜ਼ਿਆਦਾ ਲੁਧਿਆਣੇ ਦਾ ਬੁੱਢਾ ਨਾਲਾ ਹਮੇਸ਼ਾ ਹੀ ਰਾਜਨੀਤੀ ਦਾ ਕੇਂਦਰ ਰਿਹਾ ਵੈ। ਸਰਕਾਰ ਚਾਹੇ ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਹੋਵੇ, ਪਰ ਬੁੱਢੇ ਨਾਲੇ ਨੂੰ ਲੈ ਕੇ ਹਮੇਸ਼ਾ ਰਾਜਨੀਤੀ ਹੁੰਦੀ ਰਹੀ ਹੈ। ਤਾਂ ਬੁੱਢੇ ਨਾਲੇ ਨੂੰ ਸਫਾਈ ਨੂੰ ਲੈ ਕੇ ਵੀ, ਵੱਡੇ ਪ੍ਰੋਜੈਕਟ ਸ਼ੁਰੂਆਤ ਕਰਨ ਨੂੰ ਲੈ ਕੇ ਪਾਰਟੀਆਂ ਵੱਖ ਵੱਖ ਨੀਂਹ ਪੱਥਰ ਰੱਖਦੀਆਂ ਰਹੀਆਂ ਵੈ, ਪਰ ਬੁੱਢਾ ਨਾਲਾ ਸਫਾਈ ਨੂੰ ਲੈ ਕੇ ਜਿਉਂ ਦਾ ਤਿਉਂ ਬਰਕਰਾਰ ਹੈ। ਤਾਂ ਤਸਵੀਰਾਂ ਤੁਹਾਨੂੰ ਪਹਿਲਾਂ ਬੁੱਢੇ ਨਾਲੇ ਦੀਆਂ ਦਿਖਾ ਦਿੰਦੇ ਹਾਂ। ਇਹ ਉਹੀ ਬੁੱਢਾ ਨਾਲਾ ਵੈ ਜੋ ਕਿਸਮ ਬੁੱਢਾ ਦਰਿਆ ਹੁੰਦਾ ਸੀਗਾ, ਅਤੇ ਇੱਥੇ ਬਿਲਕੁਲ ਸਾਫ਼ ਪਾਣੀ ਹੁੰਦਾ ਸੀਗਾ ਅਤੇ ਲੋਕ ਇੱਥੇ ਨਹਾਉਣ ਤੱਕ ਆਉਂਦੇ ਸੀਗੇ। ਪਰ ਸਮੇਂ ਸਮੇਂ 'ਤੇ ਇਹ ਬੁੱਢਾ ਨਾਲਾ ਜਿਹੜਾ ਵੈ ਹੁਣ ਹੋਰ ਪ੍ਰਦੂਸ਼ਿਤ ਹੋ ਕੇ ਪੂਰੀ ਤਰ੍ਹਾਂ ਨਾਲ ਬੁੱਢੇ ਨਾਲੇ ਦਾ ਰੂਪ ਬਣ ਚੁੱਕਾ ਵੈ। ਬੇਸ਼ੱਕ ਸਰਕਾਰਾਂ ਵੱਲੋਂ ਇਸ ਨੂੰ ਸਾਫ਼ ਕਰਨ ਨੂੰ ਲੈ ਕੇ ਕਈ ਪ੍ਰੋਜੈਕਟ ਤਿਆਰ ਕੀਤੇ ਗਏ, ਕਈ ਸ਼ੁਰੂਆਤਾਂ ਕੀਤੀਆਂ ਗਈਆਂ, ਪਰ ਬੁੱਢੇ ਨਾਲੇ ਦੀ ਸਥਿਤੀ ਜਿਉਂ ਦੀ ਤੋਂ ਬਰਕਰਾਰ ਹੈ। ਤਾਂ ਅੱਜ ਬੁੱਢੇ ਨਾਲੇ ਦੀ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ। ਤਾਂ ਇਸੀ ਜਗ੍ਹਾ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦੇ ਵਿੱਚ MLA ਗੁਰਪ੍ਰੀਤ ਗੋਗੀ ਵੱਲੋਂ ਇੱਕ ਨੀਂਹ ਪੱਥਰ ਲਗਵਾਇਆ ਗਿਆ ਸੀਗਾ, ਜਿਸ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਸ਼ੁਰੂਆਤ ਕੀਤੀ ਗਈ ਸੀ। ਪਰ ਅੱਜ ਉਸਦਾ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਜਦੋਂ ਕੰਮ ਸਿਰੇ ਨਾ ਚੜਿਆ ਤਾਂ MLA ਗੁਰਪ੍ਰੀਤ ਗੋਗੀ ਵੱਲੋਂ ਆਪਣੇ ਹੀ ਲਗਾਏ ਉਦਘਾਟਨੀ ਨੀਂਹ ਪੱਥਰ ਨੂੰ ਆਪਣੇ ਹੱਥ ਦੇ ਨਾਲ ਤੋੜ ਦਿੱਤਾ ਗਿਆ। ਅਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਫਸਰ ਉਹਨਾਂ ਦੀ ਸੁਣਦੇ ਨਹੀਂ, ਅਫਸਰ ਸਾਹੀ ਪੰਜਾਬ ਦੇ ਵਿੱਚ ਹੈ ਵੀ ਹੈ, ਜਿਸ ਦੇ ਚੱਲਦੇ ਬੁੱਢਾ ਨਾਲਾ ਜਿਹੜਾ ਵੈ ਜਿਸ ਦੇ ਸਫਾਈ ਦਾ ਪ੍ਰੋਜੈਕਟ 650 ਕਰੋੜ ਦਾ ਸ਼ੁਰੂਆਤ ਕੀਤੀ ਗਈ ਸੀ ਜਿਸ ਦੀ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੇ ਵਿੱਚ, ਪਰ ਉਹ ਜਿਉਂ ਦਾ ਤੋਂ ਬਰਕਰਾਰ ਹੈ। ਲੋਕ ਦੁਖੀ ਹੋ ਕੇ ਉਹਨਾਂ ਨੂੰ ਆ ਕੇ ਗੱਲਾਂ ਸੁਣਾਉਂਦੇ ਨੇ, ਤਾਨੇ ਮਾਰਦੇ ਨੇ ਕਿ ਬੁੱਢਾ ਨਾਲਾ ਸਾਫ਼ ਨਹੀਂ ਹੋਇਆ, ਪਰ 1000 ਕਰੋੜ ਰੁਪਈਆ ਲੱਗ ਗਿਆ। ਤਾਂ ਜਿਸ ਤੋਂ ਦੁਖੀ ਹੋ ਕੇ MLA ਗੁਰਪ੍ਰੀਤ ਗੋਗੀ ਦਾ ਕਹਿਣਾ ਸੀ ਕਿ ਅੱਜ ਉਹਨਾਂ ਵੱਲੋਂ ਆਪਣਾ ਹੀ ਲਗਾਇਆ ਉਦਘਾਟਨੀ ਨੀਂਹ ਪੱਥਰ ਤੋੜ ਦਿੱਤਾ ਗਿਆ ਵੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਉਦਘਾਟਨੀ ਨੀਂਹ ਪੱਥਰ ਉੱਥੇ ਲਗਾਇਆ ਜਾਵੇ ਜਿਸ ਜਗ੍ਹਾ ਦੇ ਉੱਤੇ ਕੋਈ ਵੀ ਕੰਮ ਨਾ ਹੋਇਆ ਹੋਵੇ। ਤਾਂ ਬੁੱਢੇ ਨਾਲੇ ਨੂੰ ਲੈ ਕੇ ਰਾਜਨੀਤੀ ਹਮੇਸ਼ਾ ਹੁੰਦੀ ਰਹੀ ਹੈ। ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿਉਂ ਹੁੰਦੀ ਰਹੀ ਹੈ, ਇਹ ਵੀ ਦਿਖਾ ਦਿੰਦੇ ਹਾਂ ਕਿ ਇਹ ਇੱਕ ਹੈਬੋਵਾਲ, ਲੁਧਿਆਣਾ ਦੇ ਹੈਬੋਵਾਲ ਦਾ ਪੁੱਲ ਹੈ ਬੁੱਢੇ ਨਾਲੇ ਦਾ, ਜਿਸ ਦੇ ਉੱਤੇ ਕਈ ਤਰ੍ਹਾਂ ਦੇ ਬੁੱਢੇ ਨਾਲੇ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਲੱਗੇ ਹੋਏ ਨੇ। ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ, 23 ਅਪ੍ਰੈਲ 2011 ਦਾ ਇਹ ਉਦਘਾਟਨੀ ਪੱਥਰ ਲਗਾਇਆ ਗਿਆ ਵਾ, ਫਾਊਂਡੇਸ਼ਨ ਸਟੋਨ ਆਫ ਬੁੱਢਾ ਨਾਲਾ ਪ੍ਰੋਜੈਕਟ ਫੋਰ ਕਲੀਨਿੰਗ ਆਫ ਬੁੱਢਾ ਨਾਲਾ ਲੁਧਿਆਣਾ ਥੋੜੋ C2B ਲੇਟਸ ਬਾਏ ਜੈਰਾਮ ਰਮੇਸ਼। ਤਾਂ ਤਦ ਦੇ ਸੈਂਟਰ ਦੇ ਇਨਵਾਇਰਮੈਂਟ ਮਿਨਿਸਟਰ ਜੈਰਾਮ ਰਮੇਸ਼ ਵੱਲੋਂ ਬੁੱਢੇ ਨਾਲੇ ਦੇ ਵਿੱਚ ਸਾਫ਼ ਸਫਾਈ ਨੂੰ ਲੈ ਕੇ ਜਿਹੜਾ ਵੈ ਇਸਦਾ ਉਦਘਾਟਨ ਕੀਤਾ ਗਿਆ ਸੀਗਾ। ਤਾਂ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸੀਗੇ ਉਸ ਸਮੇਂ। ਤਾਂ ਇਹ ਪ੍ਰੋਜੈਕਟ 2011 ਨੂੰ ਸ਼ੁਰੂ ਹੋਇਆ ਬੁੱਢੇ ਨਾਲੇ ਦੀ ਸਾਫ਼ ਸਫਾਈ ਨੂੰ ਲੈ ਕੇ। ਤਾਂ ਦੂਜੇ ਪਾਸੇ ਇੱਕ ਹੋਰ ਫਾਊਂਡੇਸ਼ਨ ਸਟੋਨ ਤੁਹਾਨੂੰ ਦਿਖਾ ਦਿੰਦੇ ਹਾਂ, ਪਿਛਲੀ ਸਰਕਾਰ ਦੇ ਰਾਜ ਦੇ ਵਿੱਚ 650 ਕਰੋੜ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ
ਅਤੇ ਲੋਕਲ ਬਾਡੀ ਮਿਨਿਸਟਰ ਤਦ ਦੇ ਬ੍ਰਹਮ ਮਹਿੰਦਰਾ ਵੱਲੋਂ ਕੀਤਾ ਗਿਆ ਸੀਗਾ। ਭਾਰਤ ਭੂਸ਼ਣ ਆਸ਼ੂ, ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਵੀ ਮੌਕੇ ਤੇ ਮੌਜੂਦ ਸੀਗੇ। ਤਾਂ 650 ਕਰੋੜ ਦਾ ਇਹ ਪ੍ਰੋਜੈਕਟ ਜਿਹੜਾ ਵੈ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਉਲੀਕਿਆ ਗਿਆ ਸੀਗਾ, ਜਿਸ ਦੇ ਵਿੱਚ ਬੁੱਢੇ ਨਾਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਸਾਫ਼ ਕਰਨ ਦਾ ਦਾਅਵਾ ਕੀਤਾ ਗਿਆ ਸੀਗਾ। ਤਾਂ ਉਹੀ ਪ੍ਰੋਜੈਕਟ ਨੂੰ ਅੱਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਕੰਟੀਨਿਊ ਕੀਤਾ ਗਿਆ। ਅਤੇ ਪਰ ਬੁੱਢੇ ਨਾਲੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਕੀ ਤੁਹਾਨੂੰ ਲੱਗਦਾ ਕਿ ਬੁੱਢੇ ਨਾਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਾਫ਼ ਸਫਾਈ ਜਾਂ ਕੋਈ ਵੀ ਇਸ ਤਰ੍ਹਾਂ ਦਾ ਵਿਕਾਸ ਕਰ ਰਿਹਾ ਇੱਥੇ ਕੀਤਾ ਗਿਆ ਹੋਵੇ ਜਿਹਦੇ ਤੋਂ ਲੱਗੇ ਕਿ ਬੁੱਢੇ ਨਾਲੇ ਦੀ ਸਫਾਈ ਹੋਈ ਆ? ਤਾਂ ਉਸੇ ਨੂੰ ਲੈ ਕੇ ਅੱਜ ਵੱਡੇ ਸਵਾਲ MLA ਗੁਰਪ੍ਰੀਤ ਗੋਗੀ ਵੱਲੋਂ ਖੜ੍ਹੇ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਸੀਗਾ ਕਿ 650 ਕਰੋੜ ਦੇ ਪ੍ਰੋਜੈਕਟ ਦੇ ਵਿੱਚੋਂ ਕੰਪਨੀ ਨੂੰ 588 ਕਰੋੜ ਰੁਪਈਆ, 90% ਰੁਪਈਆ ਜਿਹੜਾ ਵੈ ਕੰਪਨੀ ਨੂੰ ਜਾ ਚੁੱਕਾ ਵਾ, ਪਰ ਬੁੱਢੇ ਨਾਲੇ ਦੀ ਤਸਵੀਰ ਜਿਉਂ ਦੀ ਤੋਂ ਬਰਕਰਾਰ ਆ ਅਤੇ ਅਫਸਰ ਕਿਸੇ ਦੀ ਸੁਣਵਾਈ ਨਹੀਂ ਕਰਦੇ। ਬੇਸ਼ੱਕ MLA ਗੁਰਪ੍ਰੀਤ ਗੋਗੀ ਪੰਜਾਬ ਵਿਧਾਨ ਸਭਾ ਦੀ ਲੋਕਲ ਬਾਡੀ ਕਮੇਟੀ ਦੇ ਚੇਅਰਮੈਨ ਵੀ ਨੇ, ਪਰ ਉਹਨਾਂ ਦਾ ਕਹਿਣਾ ਕਿ ਚੇਅਰਮੈਨ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਤਾਂ ਲੋਕ ਵੀ ਖਾਸੇ ਪਰੇਸ਼ਾਨ ਨੇ, ਕੁਛ ਲੋਕ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਬੁੱਢੇ ਨਾਲੇ ਦੀ ਤਸਵੀਰ ਕਿਸ ਤਰ੍ਹਾਂ ਦੇਖਦੇ ਹੋ? ਪਰ ਲੋਕ ਕੁਛ ਵੀ ਕਹਿਣ ਤੋਂ ਕਤਰਾਉਂਦੇ ਨਜ਼ਰ ਆ ਰਹੇ ਨੇ, ਪਰ ਅੱਜ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਜਦੋਂ MLA ਗੁਰਪ੍ਰੀਤ ਗੋਗੀ ਵੱਲੋਂ ਆਪਣੇ ਹੀ ਲਗਾਏ ਨੀਂਹ ਪੱਥਰ ਦੇ ਨੂੰ ਆਪਣੇ ਹੱਥੀਂ ਤੋੜ ਕੇ ਵੱਡੇ ਸਵਾਲ ਅਫਸਰ ਸਾਹੀ ਦੇ ਉੱਤੇ ਖੜ੍ਹੇ ਕੀਤੇ ਨੇ। ਉਹਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੂੰ ਕਵਾਂਗੇ ਕਿ CBI ਜਾਂਚ ਦੀ ਵੀ ਮੰਗ ਕੀਤੀ ਆ ਉਹਨਾਂ ਵੱਲੋਂ ਕਿ ਜਿਹੜੇ ਅਫਸਰ ਦੀ ਨਲੈਕੀ ਦੇ ਚਲਦੇ ਲੋਕਾਂ ਦਾ 1000 ਕਰੋੜ ਰੁਪਇਆ, 700 ਕਰੋੜ ਰੁਪਇਆ ਪਾਣੀ ਵਿੱਚ ਬਹਿ ਗਿਆ, ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਬੁੱਢਾ ਨਾਲਾ ਹਮੇਸ਼ਾ ਹੀ ਲੁਧਿਆਣਾ ਦੀ ਸਿਆਸਤ ਦਾ ਕੇਂਦਰ ਬਿੰਦੂ ਰਿਹਾ ਵਾ, ਅਤੇ ਅੱਜ ਇਸ ਦੀ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਜਦੋਂ MLA ਗੁਰਪ੍ਰੀਤ ਗੋਗੀ ਵੱਲੋਂ ਆਪਣੇ ਹੀ ਲਗਾਏ ਉਦਘਾਟਨੀ ਨੀਂਹ ਪੱਥਰ ਨੂੰ ਆਪਣੇ ਹੱਥੀਂ ਤੋੜ ਕੇ ਵੱਡੇ ਸਵਾਲ ਸਰਕਾਰ ਦੇ ਉੱਤੇ ਵੀ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਪ੍ਰਸ਼ਾਸਨ ਦੇ ਉੱਤੇ ਵੀ, ਨਗਰ ਨਿਗਮ ਦੇ ਉੱਤੇ ਵੀ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਕਿਸ ਕਰਵਟ ਲੈਂਦਾ ਵੈ ਅਤੇ ਕਿਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ, ਜਾਂ ਜਿਹੜਾ ਵੈ ਪੁਰਾਣੇ ਮੁੱਦਿਆਂ ਦੀ ਤਰ੍ਹਾਂ ਇਹ ਵੀ ਮੁੱਦਾ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ ਵਾ। ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਟਲ, ਪੰਜਾਬ ਤੱਕ, ਲੁਧਿਆਣਾ।